ਹਾਂਜੀ ਫਰਮਾਇਸ਼ ਆ। ਵਾਹ ਜੀ ਵਾਹ, ਲਓ ਜੀ ਪੈਗ ਦਿੰਦੀ ਆ ਬਣਾ ਕੇ ਤੇਰੀ ਨਖਰੋ ਥੱਕੇਵਾਂ ਜੇ ਹਲਾ ਲਹਾਣੀ। ਬਹੁਤ ਸਾਰਾ ਪਿਆਰ ਸਤਿਕਾਰ, ਬਹੁਤ ਸਾਰਾ ਮਾਣ ਸਤਿਕਾਰ, ਮਿਹਰਬਾਨੀ, ਸ਼ੁਕਰੀਆ ਜੀ। ਆਓ ਜੀ ਲਓ, ਗੱਲ ਇਉਂ ਆ, ਗੱਲ ਇਉਂ ਆ ਵੀ ਬੰਦਾ ਸਾਰੀ ਦਿਹਾੜੀ ਖੇਤਾਂ ਦੇ ਵਿੱਚ ਕੰਮ ਕਰਦਾ, ਜਦੋਂ ਕੰਮ ਕਰਕੇ ਘਰੇ ਆਉਂਦਾ ਤੇ ਜੇ ਆਉਂਦਿਆਂ ਨੂੰ ਰੋਟੀ ਗਰਮ ਨਾ ਮਿਲੇ, ਸਬਜ਼ੀ ਬਣੀ ਹੋਈ ਨਾ ਮਿਲੇ ਤੇ ਪੈਗ ਨਾ ਮਿਲੇ ਤੇ ਬੰਦੇ ਦਾ ਕੀ ਜੀਣਾ ਯਾਰ। ਸਹੀ ਗੱਲ ਆ, ਬੰਦੇ ਦਾ ਜੀ ਕਰਦਾ ਚੱਕ ਲਾ ਝਾੜੂ ਤੇ ਢੂਹੀ ਕੁੱਟਾ ਵੈ ਸਰ, ਵੀ ਬੰਦਾ ਥੱਕਿਆ ਆ ਰੋਟੀ ਤਾਂ ਕਰਨ ਮਿਲ ਜੇ। ਹਾਂ ਬੰਦਾ, ਕਿਉਂਕਿ ਬੰਦਾ ਸਾਰੀ ਦਿਹਾੜੀ ਕੰਮ ਕਰਦਾ। ਇਹ ਉਹਨਾਂ ਬੰਦਿਆਂ ਦੀ ਗੱਲ ਹੈ ਵੀ ਜਿਨ੍ਹਾਂ ਨੂੰ ਘਰ ਵਾਲੀ ਮਿਲ ਜੇ ਚੰਗੀ। ਓਏ ਹੋਏ 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 ਹੋਏ, ਜੇ ਤਾਂ ਘਰ ਵਾਲੀ ਮਿਲ ਜੇ ਚੰਗੀ ਫਿਰ ਤਾਂ ਘਰ ਸਵਰਗ ਹੋ ਜਾਂਦਾ। ਸਵਰਗ ਸਵਰਗ ਹੋ ਜਾਂਦਾ ਨਾ, ਜੇ ਮਿਲ ਜੇ ਮਾੜੀ ਘਰ ਸਵਰਗ ਵਾਸੀ ਹੋ ਜਾਂਦਾ, ਫਿਰ ਘਰ ਸਵਰਗ ਵਾਸੀ ਹੋ ਜਾਂਦਾ, ਫਿਰ ਬੰਦੇ ਦਾ ਕੀ ਜੀਣਾ ਉਹਦਾ। ਨਹੀਂ ਫਾਹਾ ਨਾ ਲਵੇ ਬੰਦਾ, ਨਹੀਂ ਨਹੀਂ ਹਾਂ, ਕੋਈ ਆਸ ਤੇ ਬੰਦਾ ਅੱਗੇ ਵੀ ਤੁਰ ਸਕਦਾ। ਫਿਰ ਬੰਦਾ ਇੱਕ ਕੰਮ ਕਰੇ, ਹਾਂ ਪਾਣੀ ਕਰ ਲਵੇ ਗਰਮ, ਹਾਂ ਓਏ ਹੋਏ ਹਾਂ, ਜਿਹੜੇ ਭਾਂਡੇ ਜੂਠੇ ਪਏ ਸਾਰੇ ਆਪ ਧੋਵੇ। ਬਿਲਕੁਲ ਇਹੀ ਕਰੂ ਬੰਦਾ, ਹੋਰ ਕੀ ਕਰੂ। ਨਹੀਂ ਠੀਕ ਹੈ, ਇਹ ਵੀ ਤੇਰੀ ਗੱਲ ਠੀਕ ਹੈ, ਕਿਸੇ ਪਾਸੇ ਦਾ ਧਿਆਨ ਲਾਉਣਾ ਹੀ ਹੈ। ਹਾਂ ਕਿਸੇ ਬੰਨੇ ਦਾ ਧਿਆਨ ਲਾਉਣਾ ਹੀ ਆ ਬੰਦੇ ਨੇ, ਸਹੀ ਗੱਲ ਹੈ। ਲਓ ਇੱਧਰ ਗੱਲ ਹੋਰ ਹੈ ਵੀ ਘਰ ਵਾਲੀ ਬਹੁਤ ਚੰਗੀ ਹੈ, ਘਰ ਦਾ ਬੜਾ ਧਿਆਨ ਰੱਖਦੀ ਆ, ਘਰ ਵਾਲੇ ਦਾ ਬੜਾ ਧਿਆਨ ਰੱਖਦੀ ਹੈ। ਲਓ ਕੀ ਆਖਦੀ ਆ ਘਰ ਵਾਲੇ ਨੂੰ ਤੇ ਅੱਗੋਂ ਬਾਈ ਕੀ ਜਵਾਬ ਦਿੰਦਾ। ਬੜਾ ਪਿਆਰਾ ਜਿਹਾ ਸੌਂਗ ਫਰਮਾਇਸ਼ ਤੁਹਾਡੇ ਨਜ਼ਰ ਕਰਨ ਜਾ ਰਿਹਾ। ਹਾਂਜੀ ਜਗਦੇਵ ਟਾਣਿਆ ਮੇਲੇ ਵਾਲਿਆ। ਹਾਂ ਇਹਦੇ ਨਾਲ ਵੀ ਐਂ ਹੁੰਦੀ ਆ, ਘਰ ਵਾਲੀ ਉਹਦੀ ਬਹੁਤ ਚੰਗੀ ਆ, ਭਾਂਡੇ ਬਾਈ ਤੋਂ ਧੋਉਂਦੀ ਆ। ਹਾਂ ਹਾਂ ਬਹੁਤ ਚੰਗੀ ਆ, ਰੋਟੀ ਵੀ ਇਹ ਆਪ ਹੀ ਲਾਉਂਦਾ, ਬਿਲਕੁਲ ਬਹੁਤ ਚੰਗੀ ਆ, ਕੱਪੜੇ ਵੀ ਆਪ ਹੀ ਧੋਂਦਾ। ਸਹੀ ਗੱਲ ਆ, ਬਹੁਤ ਸਾਰਾ ਪਿਆਰ ਪਹੁੰਚਿਆ ਜੀ ਸਾਡੇ ਕੋਲ, ਸਾਡੇ ਜਗਤਾਰ ਬਾਈ ਜੀ ਪੰਡੋਰੀ ਰਣ ਸਿੰਘ ਵਾਲਾ, ਕਹਿੰਦੇ ਦੋ ਰੈਸਟੋਰੈਂਟਾਂ ਦਾ ਕੰਮ ਚੱਲ ਰਿਹਾ ਪੂਰੇ ਜ਼ੋਰਾਂ ਤੇ। ਵਾਹ ਜੀ ਵਾਹ, ਕੀ ਬਾਤ, ਤੀਜੇ ਰੈਸਟੋਰੈਂਟ ਨੂੰ ਪਾ ਲਿਆ ਹੱਥ ਤੇ ਬਾਬਾ ਜੀ ਕੰਮ ਮੁਕੰਮਲ ਕਰ ਦੇਣੇ ਅਰਦਾਸ ਦਾਦਾ ਜੀ ਦੇ ਚਰਨ ਵਿੱਚ, ਤੇ ਪੀਰ ਬਾਬਾ ਫਾਜ਼ਲ ਸ਼ਾਹ ਜੀ ਕਿਰਪਾ ਕਰਨ ਤੀਜਾ ਰੈਸਟੋਰੈਂਟ ਵੀ ਸੁਪਰ ਡੁਪਰ ਹਿੱਟ ਜਾਵੇ ਜੀ। ਵਾਹ ਜੀ ਵਾਹ, ਹਾਂ ਬਾਈ
ਹੁਣ ਕਹਿੰਦੀ ਖੇਤੋਂ ਆਇਆ ਵਾਹੀ ਕਰਦਾ ਸਵੇਰ ਦਾ ਦੋਰ ਲਾ ਕੇ ਬੇਸੁਹਾਗਾ ਨਾਲੇ ਫੇਰਦਾ ਤੂੰ ਛੇਤੀ ਕਰ ਨਾ ਲਾ ਹਾਣੀਆਂ ਪੈਗ ਦਿੰਦੀ ਆ ਬਣਾ ਕੇ ਤੇਰੀ ਨਖਰ ਉੱਥ ਕੇਵਾਂ ਜਿਹਾ ਲਾ ਲੈ ਹਾਣੀਆਂ ਓਏ ਹੋਏ 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 ਉਹ ਨਹਾਉਣ ਦੀ ਕੀ ਲੋੜ ਆ ਉਹ ਬੰਦੇ ਦਾ ਮਨ ਸਾਫ਼ ਚਾਹੀਦਾ ਪਹਿਲਾਂ ਪੈਗ ਪੁੱਗ ਦੀ ਤਿਆਰੀ ਕਰੋ ਹਾਂ ਨਹਾਉਣੇ ਦਾ ਰੋਜ਼ ਹੀ ਆ ਬਿਲਕੁਲ ਹਾਂ ਇਹੋ ਜਿਹੀ ਘਰ ਵਾਲੀ ਰੱਬ ਸਭ ਨੂੰ ਦੇਵੇ ਭਾਵੇਂ ਦੋ ਢਾਈ ਘੰਟੇ ਮੈਂ ਤਾਂ ਸੋਹਣੀ ਇੱਥੇ ਕੇ ਮੈਂ ਉਦੋਂ ਲਾ ਲਿਆ ਜਦੋਂ ਭੱਜ ਕੇ ਤੂੰ ਮੇਰੇ ਗਲ ਪਾ ਲਿਆ ਮੈਂ ਤਾਂ ਸੋਹਣੀ ਇੱਥੇ ਕੇ ਮੈਂ ਉਦੋਂ ਲਾ ਲਿਆ ਜਦੋਂ ਭੱਜ ਕੇ ਤੂੰ ਮੇਰੇ ਗਲ ਪਾ ਲਿਆ ਮੈਂ ਤਾਂ ਸੋਹਣੀ ਇੱਥੇ ਕੇ ਮੈਂ ਉਦੋਂ ਲਾ ਲਿਆ ਜਦੋਂ ਭੱਜ ਕੇ ਤੂੰ ਮੇਰੇ ਗਲ ਪਾ ਲਿਆ ਬਾਹਾਂ ਦਾ ਸੱਚੀ ਹਾਰ ਸੋਹਣੀ ਏ ਕਿਸੇ ਕਿਸੇ ਦੇ ਨਸੀਬਾਂ ਵਿੱਚ ਹੁੰਦੀ ਆ ਨੀ ਤੇਰੇ ਜਿਹੀ ਨਾਰ ਸੋਹਣੀ ਕਿਸੇ ਕਿਸੇ ਦੇ ਨਸੀਬਾਂ ਵਿੱਚ ਹੁੰਦੀਆਂ ਨੇ ਤੇਰੇ ਜਿਹੀ ਨਾਲ ਸੋਣੀਏ ਰੱਬ ਸਭ ਦੇ ਨਸੀਬਾਂ ਵਿੱਚ ਲਿਖ ਦੇਵੇ ਤੇਰੇ ਜਿਹੀ ਨਾਰ ਸੋਣੀਏ ਸਵਾਦ ਨੀ ਬੱਲੇ ਬੱਲੇ ਖਾ ਕੇ ਆ ਗਿਆ ਸਵਾਦ ਨੀ ਤੇਰਾ ਰੀਜਾ ਨਾਲ ਕੱਟਿਆ ਸਲਾਦ ਨੀ ਤੇਰਾ ਰੀਜਾ ਨਾਲ ਕੱਟਿਆ ਸਲਾਦ ਨੀ ਬੱਲੇ ਬੱਲੇ ਖਾ ਕੇ ਆ ਗਿਆ ਸਵਾਦ ਨੀ ਬੱਲੇ ਬੱਲੇ ਖਾ ਕੇ ਆ ਗਿਆ ਸਵਾਦ ਨੀ ਤੇਰਾ ਰੀਜਾ ਨਾਲ ਕੱਟਿਆ ਸਲਾਦ ਨੀ ਤੇਰਾ ਰੀਜਾ ਨਾਲ ਕੱਟਿਆ ਸਲਾਦ ਨੀ ਮੂੰਹ ਲੈਂਦਾ ਨੀ ਬਣਾਇਆ ਕਿਹੜੇ ਹਿਸਾਬ ਨਾਲ ਮੂੰਹ ਲੈਂਦਾ ਹੀ ਨਹੀਂ ਬਣਾਇਆ ਕਿਹੜੇ ਹਿਸਾਬ ਨਾਲ ਮੂੰਹ ਲੈਂਦਾ ਨਹੀਂ ਬਣਾਇਆ ਕਿਹੜੇ ਹਿਸਾਬ ਨਾਲ ਤੂੰ ਅੰਬ ਦਾ ਅਚਾਰ ਸੋਣੀਏ ਕਿਸੇ ਕਿਸੇ ਦੇ ਨਸੀਬਾਂ ਵਿੱਚ ਹੁੰਦੀਆਂ ਨੇ ਤੇਰੇ ਜਿਹੀ ਨਾਲ ਸੋਣੀਏ ਕਿਸੇ ਕਿਸੇ ਦੇ ਨਸੀਬਾਂ ਵਿੱਚ ਹੁੰਦੀਆਂ ਨੇ ਤੇਰੇ ਜਿਹੀ ਨਾਲ ਸੋਣੀਏ ਰੱਬ ਸਭ ਦੇ ਨਸੀਬਾਂ ਵਿੱਚ ਲਿਖ ਦੇਵੇ ਨੀ ਤੇਰੇ ਜਿਹੀ ਨਾਲ ਸੋਣੀਏ ਕਿਉਂ ਭਾਈ
ਭੈਣ ਦੜੇ ਦੀ ਤੇਲ ਪਾਂਬੜ ਤੇ ਪਾ ਬੈਠੀ ਕਿਉਂ ਭੈਣ ਦੜੇ ਦੀ ਜੇ ਤੂੰ ਹੋਰ ਪੀਣੀ ਭਈਏ ਤੂੰ ਮੰਗਾ ਦਿਆਂ ਕੱਚੇ ਆਂਡਿਆਂ ਦੀ ਭਰਜੀ ਬਣਾ ਜੇ ਤੂੰ ਹੋਰ ਪੀਣੇ ਭਈਏ ਤੂੰ ਮੰਗਾ ਦਿਆਂ ਕੱਚੇ ਆਂਡਿਆਂ ਦੀ ਭਰਜੀ ਬਣਾ ਦਿਆਂ ਉਹ ਤੇਰਾ ਭਲਾ ਹੋ ਜੇ ਜੇ ਹੋਰ ਪੀਣੀ ਭਈਏ ਤੂੰ ਮੰਗਾ ਦਿਆਂ ਉਹ ਰਾਮੂ ਉਹ ਰਾਮੂ ਓਏ ਭਈਆ ਜੇ ਹੋਤਾ ਹੈ ਪਿਆਰ ਸਰਦਾਰ ਜੀ ਦਾ ਪਿਆਰ ਹੈ ਰਾਮੂ ਬੋਲਾ ਨਾ ਬੀਬੀ ਜੀ ਨੇ ਪਈਆ ਪਈਆ ਕਿਆ ਹੋਤਾ ਹੈ ਪਈਆ ਹਾਂ ਉਹ ਰਾਮੂ ਬਿਨਾਂ ਪਈਏ ਤੋਂ ਮੰਗਾ ਦਿਆ ਪਈਆ ਬੇਲੀ ਹੈਗੀ ਇੱਥੇ ਪਈਏ ਨੇ ਜੀਰੀ ਲਗਾਉਣਾ ਹੈਗਾ ਹਾਂ ਪਈਏ ਨੇ ਕੰਮ ਵੀ ਕਰਨਾ ਜੀਰੀ ਪਾਟਣਾ ਹੈਗਾ ਹਲੇ ਹਾਂ ਚੋਨਾ ਲਗਾਉਣੀ ਹੈਗੀ ਨਾਲੇ ਪਈਆ ਨਹੀਂ ਸਰਦਾਰ ਜੀ ਉਹ ਬਤਾਓ ਹਮ ਹਾਂ ਨਹੀਂ ਇਹ ਇਹਨੂੰ ਨਾ ਇਹਨੂੰ ਮੈਂ ਤੈਨੂੰ 20 ਵਾਰੀ ਕਿਹਾ ਵੀ ਇਹਨੂੰ ਭਈਆ ਨਾ ਕਿਹਾ ਕਰ ਇਹਨੂੰ 16-17 ਸਾਲ ਹੋ ਗਏ ਇੱਥੇ ਆਏ ਨੂੰ ਇਹਦੇ ਮਾਂ ਬਾਪ ਇੱਥੇ ਇਹ ਜੰਮਿਆ ਪਲਿਆ ਇੱਥੇ ਆ ਇਹ ਬੁਰਾ ਮੰਨਦਾ ਕੀ ਲਿਆ ਹੋਇਆ ਹੈ ਸਰਦਾਰ ਜੀ ਕੋ ਗੋਦ ਲਿਆ ਹੋਇਆ ਪੱਕਾ ਤੌਰ ਪੇ ਉਹ ਗੋਤ ਦੀ ਗੱਲ ਕਰਦਾ ਗੋਤ ਕਹਿੰਦਾ ਪੱਕਾ ਗੋਤ ਲਿਆ ਹੋਇਆ ਕਹਿੰਦਾ ਮੈਂ ਇਹ ਪੱਕਾ ਗੱਲ ਸਹੀ ਹੈ ਪੱਕੇ ਇਹਨਾਂ ਦਾ ਕਾਰਡ ਕੂਡ ਬਣ ਗਿਆ ਨਾ ਇੱਥੇ ਆਧਾਰ ਕਾਰਡ ਸਰਦਾਰ ਜੀ ਹਮ ਹੈ ਰਾਮੂ ਯਾਦਵ ਫਰੋਮ ਯੂਪੀ ਹਾਂ ਰਾਮੂ ਯਾਦਵ ਫਰੋਮ ਯੂਪੀ ਰਾਮੂ ਯਾਦਵ ਫਰੋਮ ਯੂਪੀ ਉਹ ਗੋਤ ਕਿਹੜਾ ਲਿਆ ਯਾਦਵ ਯਾਦਵ ਤਾਂ ਨਾਮ ਆ ਪੰਜਾਬ ਕਾ ਗੋਤ ਹਾਂ ਟਿੱਲੋ ਕਿਆ ਰਾਮੂ ਯਾਦਵ ਟਿੱਲੋ ਉਹ ਟਿੱਲੋ ਨੀ ਟਿੱਲੋ ਵਹੀ ਸਰਦਾਰ ਜੀ ਟਿੱਲੋ ਅੱਛਾ ਇਹਦਾ ਵੀ ਸਾਡੇ ਗੋਤ ਲਾ ਲਿਆ ਮਗਰ ਦੇਖ ਲਾ ਬਹੁਤ ਹਰਾਮੀ ਹੈ ਇਹਨਾਂ ਨੇ ਨੱਪ ਲੈਣਾ ਪੰਜਾਬ ਜਿਸ ਹਿਸਾਬ ਨਾਲ ਦਾ ਸਿਸਟਮ ਚੱਲ ਰਿਹਾ ਨਾ ਉਹ ਸਰਦਾਰ ਜੀ ਤੁਹਾਡਾ ਬੰਦਾ ਤਾਂ ਕੋਈ ਕੰਮ ਨਹੀਂ ਕਰਦਾ ਹਮ ਕਹਾਂ ਜਾਏ ਹਮਨੇ ਪੰਜਾਬੀ ਦਬਨਾ ਹੈਗਾ ਹਾਂ ਇਹ ਸਾਲਾ ਬਹੁਤ ਵੱਡੀ ਸਕੀਮ 'ਚ ਬੈਠਾ ਇੱਕ ਦਿਨ ਇਹਨੂੰ ਮੈਂ ਦੋ ਪੈਗ ਪਲਾ ਕੇ ਪੁੱਛਿਆ ਮੈਂ ਕਿਹਾ ਰਾਮੂ ਤੇਰੇ ਕਿੰਨੇ ਮੁੰਡੇ ਆ ਓਏ ਕਹਿੰਦਾ ਮੇਰੇ ਸਰਦਾਰ ਜੀ ਚਾਰ ਪੰਜ ਪੇ ਕਾ ਤਿਆਰੀ ਹੈ ਹਾਂ ਪੰਜ ਮਾਰਨੇ ਵਾਲਾ ਹੈ ਚਾਰ ਤੋਂ ਹੈ ਆਲਰੇਡੀ ਹਾਂ ਕਹਿੰਦਾ ਚਾਰ ਮੁੰਡੇ ਆ ਅਤੇ ਮੈਂ ਕਿਹਾ ਮੇਰੀ ਗੱਲ ਸੁਣਾ ਤੂੰ ਚਾਰਾਂ ਨੂੰ ਸਾਲਿਆ ਵਧੀਆ ਸਕੂਲ ਦੇ ਵਿੱਚ ਪੜ੍ਹਾਉਣਾ ਵੀ ਕਾਰਨ ਕੀ ਆ ਮੈਨੂੰ ਕਾਰਨ ਦੱਸ ਕਹਿੰਦਾ ਸਰਦਾਰ ਜੀ ਵਧੀਆ ਸਕੂਲ ਦੇ ਵਿੱਚ ਪੜ੍ਹਾਊਂਗਾ ਅਤੇ ਫੇਰ ਹੀ ਅਫਸਰ ਲਾਊਂਗਾ ਬਿਲਕੁਲ ਸਰਦਾਰ ਜੀ ਐਸਾ ਹੀ ਹੈ ਕਹਿੰਦਾ ਇੱਕ ਨੂੰ ਮੈਂ ਬਣਾਊਂ ਡਾਕਟਰ ਹਾਂ ਡਾਕਟਰ ਬਣਾਏਗੇ ਹੱਕੋ ਹਾਂ ਇੱਕ ਨੂੰ ਕਹਿੰਦਾ ਵਕੀਲ ਬਣਾਊਂ ਵਕੀਲ ਬਣਾਏਗੇ ਐਡਵੋਕੇਟ ਐਡਵੋਕੇਟ ਬਣਾਏਗੇ ਕਹਿੰਦਾ ਇੱਕ ਨੂੰ ਠੀਕ ਹੈ ਨਾ ਗੱਲ ਤੀਜੇ ਨੂੰ ਇਹਨੂੰ ਪੁੱਛ ਤੀਜੇ ਨੂੰ ਕੀ ਬਣਾਉਣਾ ਸੀ ਉਧਰ ਕੀ ਕਹਿੰਦਾ ਸੀ ਮੈਨੂੰ ਤੀਜੇ ਕੋ ਬਣਾਏਗੇ ਥਾਣੇਦਾਰ ਥਾਣੇਦਾਰ ਕਹਿੰਦਾ ਪੁਲਿਸ ਵੀ ਆਪਦੀ ਹੋਊਗੀ ਬਿਲਕੁਲ ਸਰਦਾਰ ਥਾਣੇਦਾਰ ਬਣਾਊਗੇ ਚੌਥਾ ਇਹਨੂੰ ਬਣਾਉ ਕਹਿੰਦਾ ਖੁੱਲਾ ਮੰਤਰੀ ਖੁੱਲਾ ਮੰਤਰੀ ਨੂੰ ਹੋਤਾ ਉਹ ਖੁੱਲਾ ਮੰਤਰੀ ਕਹਿੰਦਾ ਜਿੱਧਰ ਨੂੰ ਮੂੰਹ ਚੱਕਿਆ ਤੁਰ ਗਿਆ ਉਹ ਨਹੀਂ ਸਰਦਾਰ ਜੀ ਖੁੱਲਾ ਜੋ ਖੁੱਲਾ ਖਾਤਾ ਹੋਗਾ ਪੰਜਾਬ ਕੋ ਖੁੱਲਾ ਖਾਏਗਾ ਹਾਂ ਖੁੱਲਾ ਖਾਏਗਾ ਦੇਖਿਆ ਉਹ ਮਾਰਾ ਸਾਥੀ ਹੈਲੋ ਹਾਂ ਸਾਰੇ
ਉਹਦੇ ਸਾਥੀ ਕਿੰਨੀ ਛੇਤੀ ਪਛਾਣਿਆ। ਹਾਂ ਲਗਾਨੇ ਕਾ ਬਾਤ ਆਇਆ ਹੈ ਮੇਰਾ ਭਈਆ। ਹਾਂ ਦੇਖਿਆ, ਹੈਲੋ ਰਕੇਸ, ਹੈਲੋ, ਦੇਖ ਕਿੱਡੀ ਛੇਤੀ ਪਛਾਣਿਆ ਸਾਲੇ ਨੇ। ਕਿਸ ਨੇ ਭਈਆ? ਹਾਂ ਕੈਸਨਵਾ, ਠੀਕ ਹੈ ਯਾਰ, ਮੈਂ ਕੈਸਨਵਾ। ਹਾਂ ਠੀਕ ਹੈ ਠੀਕ ਹੈ। ਉੱਥੇ ਇਹ ਤਾਂ ਇਹੋ ਜੀ ਆਸ ਰੱਖੀ ਬੈਠੇ ਆ ਇਹ ਬੰਦੇ, ਤੂੰ ਜੀਰੀ ਲਗਾਉਣ ਦੀ ਗੱਲ ਕਰਦੀਆਂ, ਵੱਡੇ ਵੱਡੇ ਸੁਪਨੇ ਲਈ ਬੈਠੇ ਵੀ ਪੰਜਾਬ ਨੂੰ ਨੱਪਣਾ ਕਿੱਦਾਂ। ਉਹ ਬਿਲਕੁਲ ਸਰਦਾਰ ਜੀ ਸਹੀ ਹੈ, ਠੀਕ ਹੈ ਨਾ ਗੱਲ। ਤੂੰ ਬੰਦਾ ਤੋਂ ਕੈਨੇਡਾ ਜਾ ਰਿਹਾ ਹੈ, ਇੰਗਲੈਂਡ ਜਾ ਰਿਹਾ ਹੈ, ਤਾਂ ਹਮਨੇ ਤੋਂ ਪੰਜਾਬ ਮੇ ਆਨਾ ਹੈ ਨਾ। ਹਾਂ ਇੱਕ ਤੈਨੂੰ ਨਾਲੇ ਇੱਕ ਗੱਲ ਹੋਰ ਮੈਂ ਤੈਨੂੰ ਦੱਸਾਂ, ਗੱਲ ਸਹੀ ਤਰੀਕੇ ਨਾਲ ਆ ਕੇ ਬੋਲਿਆ ਕਰ ਜਦੋਂ ਤੂੰ ਖੇਤੋਂ ਆਉਣਾ। ਕਿਆ ਬੋਲਾਂ, ਇਹਨੂੰ ਪੁੱਛ ਲਾ ਤੈਨੂੰ। ਉਹ ਤਾਂ ਬੀਬੀ ਜੀ ਐਸੇ ਬੁਰਾ ਮਾਨ ਜਾਤੇ ਹੈ। ਹਾਂ ਜਬ ਮੈਂ ਰੋਟੀ ਲੈਣ ਆਤੇ ਹੂੰ ਨਾ। ਹਾਂ ਰੋਟੀ ਲੈਣ ਆਤੀ ਹੂੰ। ਹਾਂ ਕੀ ਕਹਿੰਦਾ ਹੁੰਦਾ ਤੈਨੂੰ ਦੱਸ। 12 ਬੰਦਾ ਖੇਤ ਬੀਬੀ ਜੀ, 13 ਬੰਦਾ ਮੈਂ। ਤੋ ਇਸ ਮੇ ਕੌਨ ਸਾ ਬੁਰਾ ਬਾਤ ਹੈ ਸਰਦਾਰ ਜੀ, ਆਪ ਬਤਾਈਏ ਬਲੇ। ਹਾਂ ਆਪ ਬਤਾਈਏ ਕੌਨ ਸਾ ਬੁਰਾ ਬਾਤ ਹੈ, ਕੀ ਕਹਿੰਦੀ ਹੈ ਇਹ। 12 ਬੰਦਾ ਖੇਤ ਬੀਬੀ ਜੀ, 13 ਬੰਦਾ ਮੈਂ, ਕੌਨ ਸਾ ਬੁਰਾ ਬਾਤ ਹੈ ਇਸ ਮੇ। ਕੀ ਕੀ? ਔਰ ਸਭੀ ਸਰਦਾਰੋ ਸੇ ਪੁੱਛੋ ਕੌਨ ਸਾ ਬੁਰਾ ਬਾਤ ਹੈ, 12 ਬੰਦਾ ਖੇਤ ਮੇ ਕਾਮ ਕਰ ਰਹਾ ਹੈ। ਹਾਂ ਔਰ 13 ਬੰਦਾ ਬੀਬੀ ਜੀ ਮੈਂ ਘਰ ਮੇ ਹੂੰ। ਤੈਨੂੰ ਭੁਲੇਖਾ ਪੈ ਜਾਂਦਾ, ਉਹ ਕਹਿੰਦਾ ਵੀ 13ਵਾਂ ਬੰਦਾ ਮੈਂ ਵਾਂ, 12 ਤਾਂ ਖੇਤ 'ਚ ਆ, ਤੂੰ ਐਵੇਂ ਡਰ ਜਾਂਦੀ ਆ, ਲੜਾਈ ਨਾ ਪਾਇਆ ਕਰ ਜ਼ਿਆਦਾ। ਹਾਂ ਇਹ ਬੰਦਾ ਬਹੁਤ ਚੰਗਾ, ਤੈਨੂੰ ਪਤਾ ਇਸ ਗੱਲ, ਸੋਚ ਬੜੀ ਉੱਚੀ ਹੋ ਗਈ ਆ। ਔਰ ਬੀਬੀ ਜੀ ਨੇ ਯਹਾਂ ਆਕਰ ਨਾ ਕਾਮ ਲੱਸੀ ਕਰ ਦਿੱਤਾ ਹੈ। ਕਿਉਂ ਲੱਸੀ ਕਿਉਂ ਕਰ ਦਿੱਤਾ ਹੈ? ਉਹ ਆਂਡੋ ਕਾ ਭੁਰਜੀ ਬਣਾਉਂਦਾ ਪੜਤਾ ਹੈ ਨਾ, ਇਸ ਲਈ। ਅੱਛਾ ਓਕੇ, ਕੀ ਕਿਹਾ? ਬੀਬੀ ਜੀ ਰੋਜ਼ ਆਂਡਾ ਦੇ ਦਿੰਦੇ ਹੈ। ਕੀ ਦੇ ਦਿੱਤੇ ਹੈ? ਰੋਜ਼ ਆਂਡਾ ਦੇ ਦਿੰਦੇ ਹੈ, ਅੱਛੀ ਬਾਤ ਨਹੀਂ ਹੈ। ਓਏ ਆਂਡਾ ਬਣਾ ਕੇ ਦੇ ਦਿੰਦੀ ਹੈ, ਕਿਆ ਕਰ? ਵਾਹੀ ਭੁਰਜੀ ਬਣਾ ਕੇ ਦੇ ਦਿੰਦੇ ਹੈ ਕਭੀ ਕਭੀ। ਹਾਂ ਕਬੋ ਵੋ ਮਾਂ ਬਾਪ ਵੀ ਬਣਾ ਲਿਆ ਕਰੋ ਨਾ। ਕੌਣ ਸਾ ਮਾਂ ਬਾਪ ਤੇਰੇ ਆਂਡੋ ਕਾ? ਵੋ ਅਰੇ ਮਿੰਟ ਮਾ ਬਤਾਨਾ ਰੇ ਜਰਾ। ਹਾਂ ਬਤਾਨਾ ਜੀ, ਤਨਕ ਬਤਾਨਾ ਰੇ। ਅਰੇ ਮੁਰਗਾ ਮੁਰਗੀ ਰੇ ਛੋਟੂ। ਅੱਛਾ ਆਂਡੇ ਦਾ ਮਾਂ ਬਾਪ। ਵਾਹ ਸਾਲਿਓ, ਸੋਚ ਤੁਹਾਡੀ ਉੱਚੀ ਹੋਈ ਆ। ਸਰਦਾਰ ਜੀ ਜੀ ਨਹੀਂ ਲਗਾਣਾ ਪੜਦਾ, ਇਸ ਲਈ ਮਾਂ ਨਾਲੇ ਨਾਲੇ ਦਾਰੂ ਦੇ ਨਾਲ, ਤੈਨੂੰ ਪਤਾ ਹੀ ਹੈ ਵੀ ਦਾਰੂ ਦੇ ਸੁੱਕੀ ਦਾਰੂ ਦੇ ਨਾਲ, ਜੇ ਦਾਰੂ ਕੱਲੀ ਦਾਰੂ ਹੋਵੇ ਕਿਤੇ ਦਾਰੂ ਲੰਘਦੀ ਆ ਬੰਦੇ, ਆਂਡੇ ਤਾਂ ਸਾਲੇ ਮੂੰਹ 'ਚ ਫੁੱਲਣ ਲੱਗ ਜਾਂਦੇ ਆ ਯਾਰ। ਹਾਂ ਹਾਂ ਕਦੇ ਕਦੇ ਆਂਡਿਆਂ ਦਾ ਮਾਂ ਬਾਪ ਵੀ ਬਣਾ ਲਿਆ। ਤੂੰ ਹੋਰ ਪੀਣੀ ਭਈਏ ਤੂੰ ਮੰਗਾ ਦਿਆ, ਮੈਂ ਕੱਚੇ ਆਂਡਿਆਂ ਦੀ ਭੁਰਜੀ ਬਣਾ ਦਿਆ। ਹੋਰ ਪੀਣੀ ਭਈਏ ਤੂੰ ਮੰਗਾ ਦਿਆ, ਮੈਂ ਕੱਚੇ ਆਂਡਿਆਂ ਦੀ ਭੁਰਜੀ ਬਣਾ ਦਿਆ, ਆਂਡਿਆਂ ਦੀ ਭੁਰਜੀ ਬਣਾ ਦਿਆ। ਚੰਗਾ ਲੱਗਦਾ ਬਰਾਂਡੇ ਜਿਹੜਾ ਲਿਖਦੇ, ਚੰਗਾ ਲੱਗਦਾ ਬਰਾਂਡੇ ਜਿਹੜਾ ਲਿਖਦੇ, ਚੰਗਾ ਲੱਗਦਾ ਬਰਾਂਡ ਜਿਹੜਾ ਲਿਖਦੇ, ਤੂੰ ਉਹੀ ਵੇ ਮੰਗਾ ਲੈ ਹਾਂ। ਡੱਗ ਦਿੰਦੀ ਆ ਬਣਾ ਕੇ ਤੇਰੇ ਨਾ ਖਰੋ ਥਕੇ ਵੇ, ਡੱਗ ਦਿੰਦੀ ਆ ਬਣਾ ਕੇ ਤੇਰੇ ਨਾ ਖਰੋ ਥਕੇ ਵੇ, ਜਿਆ ਲਾ ਲੈ ਹਾਨੀਆ। ਮੈਨੂੰ ਪਤਾ ਮੇਰਾ ਕਹਿਣਾ ਨੀ ਤੂੰ ਮੋੜਦੀ, ਮੈਨੂੰ ਪਤਾ ਮੇਰਾ ਕਹਿਣਾ ਨੀ ਤੂੰ ਮੋੜਦੀ, ਤੇਰੇ ਨੈਣਾ ਚੋ ਸ਼ਰਾਬ ਪਹਿਲੇ ਤੋੜਦੀ, ਤੇਰੇ ਨੈਣਾ ਚੋ ਸ਼ਰਾਬ ਪਹਿਲੇ ਤੋੜਦੀ। ਮੈਨੂੰ ਪਤਾ ਮੇਰਾ ਕਹਿਣਾ ਨੀ ਤੂੰ ਮੋੜਦੀ, ਮੈਨੂੰ ਪਤਾ ਮੇਰਾ ਕਹਿਣਾ ਨੀ ਤੂੰ ਮੋੜਦੀ, ਤੇਰੇ ਨੈਣਾ ਚੋ ਸ਼ਰਾਬ ਪਹਿਲੇ ਤੋੜਦੀ, ਤੇਰੇ ਨੈਣਾ ਚੋ ਸ਼ਰਾਬ ਪਹਿਲੇ ਤੋੜਦੀ, ਤੇਰੇ ਨੈਣਾ ਚੋ ਸ਼ਰਾਬ ਪਹਿਲੇ ਤੋੜਦੀ। ਤੇਰਾ ਸਿਮਤ ਲਵੰਡੀ ਵਾਲਾ ਪੀਊਗਾ, ਤੇਰਾ ਸਿਮਤ ਲਵੰਡੀ ਵਾਲਾ ਪੀਊਗਾ ਨੀ ਅੱਜ ਠਾਰ ਠਾਰ ਸੋਹਣੀਏ। ਕਿਸੇ ਕਿਸੇ ਦੇ ਨਸੀਬਾਂ ਵਿੱਚ ਹੁੰਦੀਆਂ ਨੇ ਤੇਰੇ ਜਿਹੀ ਨਾਲ ਸੋਹਣੀਏ, ਕਿਸੇ ਕਿਸੇ ਦੇ ਨਸੀਬਾਂ ਵਿੱਚ ਹੁੰਦੀਆਂ ਨੇ ਤੇਰੇ ਜਿਹੀ ਨਾਲ ਸੋਹਣੀਏ।
ਰੱਬ ਸਭ ਦੀ ਨਸੀਬਾ ਵਿੱਚ ਲਿਖ ਦੇਵੇ ਤੇਰੇ ਜਿਹੀ ਨਾਰ ਸੋਣੀਏ ਟਗ ਦਿੰਦੀ ਆ ਬਣਾ ਕੇ ਤੇਰੀ ਨਖਰ ਉੱਠ ਕੇ ਵਜਾ ਟਗ ਦਿੰਦੀ ਆ ਬਣਾ ਕੇ ਤੇਰੀ ਨਖਰ ਉੱਠ ਕੇ ਵਜਾ ਲਾਲ ਹਣੀਆਂ ਟਗ ਦਿੰਦੀ ਆ ਬਣਾ ਕੇ ਤੇਰੀ ਨਖਰ ਉੱਠ ਕੇ ਵਜਾ ਲਾਲ ਹਣੀਆਂ